ਗੇਮ ਸਟੋਪ ਅਤੇ AMC ਸਟੋਕ ਹੁਣ ਨੈਕਸਟ ਕਦੋਂ ਉੱਪਰ ਜਾ ਸਕਦੇ ਆ ਉਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਤੁਹਾਡੇ ਵਿੱਚੋਂ ਕਿਸੇ ਨੇ ਸ਼ਾਇਦ ਇਹ ਵਾਲੇ ਸਟੋਕ ਟ੍ਰੇਡ ਕੀਤੇ ਹੋਣ ਜਾਂ ਤੁਹਾਨੂੰ ਕੋਈ ਜਾਣਦਾ ਅਤੇ ਉਹਨੇ ਕੀਤੇ ਹੋਣੇ ਆ, ਉਹਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ। ਸੋ ਗੇਮ ਸਟੋਪ ਅਤੇ AMC ਸਟੋਕ ਪਿੱਛੇ ਜੇ ਇੱਕ ਵਾਰੀ ਫਿਰ ਅੱਪ ਗਏ ਅਤੇ ਬਾਅਦ ਦੇ ਵਿੱਚ ਫਿਰ ਥੱਲੇ ਡਿੱਗ ਗਏ। ਅੱਪ ਕਿਉਂ ਗਏ ਸੀ? ਕਿਉਂਕਿ ਇੱਕ ਰੂਰਿੰਗ ਕਿਟੀ ਨਾਮ ਦਾ ਅਕਾਊਂਟ ਹੈਗਾ ਟਵਿੱਟਰ ਦੇ ਉੱਪਰ, ਬੰਦੇ ਦਾ ਨਾਂ ਹੈਗਾ ਗਿੱਲ, ਪੰਜਾਬੀ ਨਹੀਂ ਹੈ ਵੈਸੇ ਬਟ ਉਹਦਾ ਲਾਸਟ ਨੇਮ ਗਿੱਲ ਆ। ਸੋ ਉਹਨੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਦੋਵੇਂ ਸਟਾਕ ਉੱਪਰ ਜਾਣੇ ਸ਼ੁਰੂ ਹੋ ਗਏ। ਜਦੋਂ ਉਹਨੇ ਪੋਸਟ ਕਰਨਾ ਬੰਦ ਕਰ ਦਿੱਤਾ ਟਵਿੱਟਰ ਦੇ ਅਕਾਊਂਟ 'ਤੇ, ਅਤੇ ਨਾਲ ਦੀ ਨਾਲ ਇਹ ਦੋਵੇਂ ਸਟਾਕ ਥੱਲੇ ਡਿੱਗ ਗਏ। ਸੋ ਆਪਾਂ ਨੂੰ ਪਤਾ ਕਿ ਕਿਹੜਾ ਇੱਕ ਕੈਟਲਿਸਟ ਹੈਗਾ ਜਿਹਦੇ ਕਰਕੇ ਦੋਵੇਂ ਸਟਾਕ ਉੱਪਰ ਜਾਂਦੇ ਨੇ, ਉਹ ਹੈਗਾ ਰੂਰਿੰਗ ਕਿਟੀ ਦਾ ਅਕਾਊਂਟ। ਸੋ ਤੁਸੀਂ ਕੀ ਕਰਨਾ, ਟਵਿੱਟਰ ਦੇ ਉੱਪਰ ਜਾ ਕੇ ਉਹਨੂੰ ਫੋਲੋ ਕਰ ਸਕਦੇ ਹੋ ਅਤੇ ਵਾਚ ਕਰ ਸਕਦੇ ਹੋ ਸਕਦਾ ਨੈਕਸਟ ਟਾਈਮ ਜਦੋਂ ਉਹ ਫਿਰ ਸ਼ੇਅਰ ਕਰਨਾ ਕੁਝ ਨਾ ਕੁਝ ਸ਼ੁਰੂ ਕਰੇ ਤਾਂ ਇਹ ਦੋਵੇਂ ਸਟਾਕ ਫਿਰ ਪੰਪ ਹੋਣੇ ਸ਼ੁਰੂ ਹੋ ਜਾਣਾ। ਜੇ ਤੁਸੀਂ ਸਟਾਕ ਮਾਰਕੀਟ ਦੇ ਰਿਲੇਟਡ ਹੋਰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਦੱਸ ਦਿਓ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਸੇਵ ਕਰਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ।